ਸਲਾਮ ਵਾਲੇਕੁਮ ਨਾਜ਼ਰੀਨ ਮੇਰਾ ਨਾਮ ਅਹਿਮਦ ਸ਼ਿਫਾਕਰ ਤੁਸੀਂ ਦੇਖ ਰਹੇ ਜੇ ਸਾਡਾ YouTube ਚੈਨਲ ਐਗਰੀ 786 ਨਾਜ਼ਰੀਨ ਅੱਜ ਅਸੀਂ ਕਮਾਂਡ ਦੇ ਉਹ ਦੋਸਤਾਂ ਦੇ ਬਾਰੇ ਵਿੱਚ ਬਹੁਤ ਹੀ ਵਿਸਾਹਤ ਦੇ ਨਾਲ ਡਿਸਕਸ ਕਰਨਾ ਚਾਹ ਰਹੇ ਹਾਂ ਜਿਨ੍ਹਾਂ ਨੇ ਲਾਵਾ ਕਮਾਂਡ ਲਾਇਆ ਹੈ ਜਾਂ ਮੁੱਢੀ ਰੱਖੀ ਹੋਈ ਹੈ ਮੁੱਢੀ ਦੇ ਅੰਦਰ ਦੋਸਤੋ ਤੁਸੀਂ ਦੇਖ ਰਹੇ ਜੇ ਕੀੜੀ ਦਾ ਮਸਲਾ ਬਹੁਤ ਜ਼ਿਆਦਾ ਆ ਜਾਂਦਾ ਹੈ ਜਿੰਨੇ ਨਾਲ ਗੁਲੀ ਦੇ ਜਿਹੜੇ ਪੱਤੇ ਨੇ ਉਹ ਕਾਫੀ ਹੱਦ ਤੱਕ ਡੈਮੇਜ ਹੋਤਰੇ ਜਾਂਦੇ ਨੇ ਡੈਮੇਜ ਕੀ ਹੁੰਦੇ ਨੇ ਉਹ ਬਿਲਕੁਲ ਵਾਈਟ ਕਲਰ ਦੇ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਔਰ ਜ਼ਿੰਮੇਦਾਰ ਉਸ ਵਕਤ ਤੱਕ ਹੁੰਦੇ ਤੇ ਤਵੱਜੂ ਹੀ ਨਹੀਂ ਕਰਦਾ ਜਿਸ ਵਕਤ ਤੱਕ ਉਹਨਾਂ ਉਹ ਚਿੱਟੀ ਗੁਲੀ ਦੇ ਪੱਤੇ ਨਜ਼ਰ ਆਨੇ ਸ਼ੁਰੂ ਨਾ ਹੋ ਜਾਵਣ ਤੇ ਇਸ ਜਗ੍ਹਾ ਤੇ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ بار بار ਜਿਹੜੇ ਸਪਰੇਅ ਨੇ ਉਹਨਾਂ ਤੋਂ ਥੋੜਾ ਜਿਹਾ ਬਚੋ ਐਵੇਂ ਸਾਡੇ ਖਰਚੇ ਜਿਹੜੇ ਨੇ ਨਾ ਉਹ ਫਿਰ ਬਾਅਦ ਵਿੱਚ ਮੈਨੇਜ ਨਹੀਂ ਹੁੰਦੇ ਤੇ ਉਸ ਤੋਂ ਬਾਅਦ ਇੱਕ ਮਸਲਾ ਹੋਰ ਵੀ ਹੈ ਇਹ ਗੁਲੀ ਜਿਸਲੇ ਸੁੱਕਣੀ ਸ਼ੁਰੂ ਹੋ ਜਾਂਦੀ ਹੈ ਨਾ ਤੇ ਫਿਰ ਸਰਕਾਰ ਉਹ ਆਪਣਾ ਨੁਕਸਾਨ ਕਰਨ ਤੋਂ ਬਗੈਰ ਨਹੀਂ ਜਾਂਦੀ ਕਿਉਂਕਿ ਇਸ ਵਕਤ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਜਿਹੜੀ ਇਹ ਨਾ ਸੁੰਡੀ ਉਹ ਅੰਦਰ ਦਖਲ ਹੋ ਚੁੱਕੀ ਹੁੰਦੀ ਹੈ ਔਰ ਇਹ ਮੁਕੰਮਲ ਤੌਰ ਤੇ ਗੁਲੀ ਨੂੰ ਜਿਹੜਾ ਨਾ ਖਾ ਤੇ ਡੈਮੇਜ ਕਰਕੇ ਤੇ ਜਨਾਬ ਉਹ ਆਪ ਦਾ ਬੈਠੀ ਹੁੰਦੀ ਉਸ ਵਕਤ ਫਿਰ ਅਸੀਂ ਜਨਾਬ ਸਪਰੇਅ ਕਰਨੇ ਸ਼ੁਰੂ ਕਰਨੇ ਆ ਔਰ ਸਪਰੇਅ ਦੇ ਤਰੀਕੇ ਜਿਹੜੇ ਨਾ ਸਾਡੇ ਬਿਲਕੁਲ ਗਲਤ ਹੁੰਦੇ ਨੇ ਅਗਰ ਅਸੀਂ ਤਰੀਕਾ ਇਹ ਇਸਤੇਮਾਲ ਕਰੀਏ ਕਿ ਦਿਓ ਨਿਊਜ਼ਲਾਂ ਲਾ ਕੇ ਪੌਦੇ ਦੇ ਉੱਤੇ ਡ੍ਰਿੰਚ ਕਰੀਏ ਦਵਾਈ ਨੂੰ ਤਾਂ ਫਿਰ ਜ਼ਬਰਦਸਤ ਸਪਰੇ ਹੁੰਦਾ ਹੈ। ਔਰ ਡ੍ਰਿੰਚ ਕਰਨ ਵਾਸਤੇ ਕਮ ਅਜ਼ ਕਮ 160 ਲੀਟਰ ਪਾਣੀ ਜਿਹੜਾ ਨਾ ਟੈਂਕੀ ਦੇ ਅੰਦਰ ਇਸਤੇਮਾਲ ਹੋਵੇ। ਟੈਂਕੀ ਮਤਲਬ 20 ਲੀਟਰ ਦੀ ਟਵਾਰੀ ਟੈਂਕੀ ਹੈ ਤੇ 8 ਟੈਂਕ ਲੱਗਣ ਫਿਰ ਸਪਰੇ ਬਿਹਤਰੀਨ ਹੋਵੇਗਾ। ਔਰ ਇਹ ਡ੍ਰਿੰਚ ਕਰਨ ਦਾ ਮਕਸਦ ਹੈ ਕਿ ਤੱਕੇ ਨਾਲ ਦਵਾਈ ਪਿਲਾਣਾ। ਯਾਨੀ ਉਹਨੂੰ ਚੰਗੀ ਤਰ੍ਹਾਂ ਨਹਿਲਾ ਦੇਣਾ ਔਰ ਉਹਦੀ ਗੁਲੀ ਦੇ ਅੰਦਰ ਤੱਕ ਦਵਾਈ ਚਲੀ ਜਾਵੇ। ਤੇ ਫਿਰ ਉਹਦਾ ਬਿਹਤਰੀਨ ਰਿਜ਼ਲਟ ਆਂਦਾ ਵਰਨਾ ਰਿਜ਼ਲਟ ਪੂਰਾ ਨਹੀਂ ਆਂਦਾ ਔਰ ਸਾਡਾ ਤਰੀਕਾ ਕੀ ਹੁੰਦਾ ਅਸੀਂ ਜਨਾਬ ਦੂਸਰਾ ਸਪਰੇਅ ਲਿਆ ਹੁੰਦਾ ਬੂਮ ਵਾਲਾ ਉਹਦੇ ਨਾਲ ਸ਼ੁਰੂ ਹੋ ਜਾਂਦੇ ਆ ਤੇ ਉਹ ਜਨਾਬ ਸਪਰੇਅ ਦਾ ਤਰੀਕਾ ਬਿਲਕੁਲ ਗਲਤ ਹੈ ਜਿਹੜਾ ਤਰੀਕਾ ਅਸੀਂ ਇਸਤੇਮਾਲ ਕਰਨੇ ਆ ਇਹਦੇ ਨਾਲ ਪੂਰੇ ਰਿਜ਼ਲਟ ਨਹੀਂ ਮਿਲਦੇ ਤੇ ਲਿਆਦਾ ਇਸ ਸਪਰੇਅ ਮਸ਼ੀਨ ਨਾਲ ਜਾਂ ਇਸ ਸਪਰੇਅ ਦੇ ਤਰੀਕਾ ਤੋਂ ਸਾਨੂੰ ਰਿਜ਼ਲਟ ਕਦੇ ਵੀ ਨਹੀਂ ਪੂਰੇ ਮਿਲਣਗੇ ਔਰ ਸਾਡੇ ਪੈਸੇ ਦਾ ਜ਼ਿਆਾ ਬਹੁਤ ਜ਼ਿਆਦਾ ਹੋ ਜਾਏਗਾ ਤੁਸੀਂ ਇਹ ਤਰੀਕਾ ਛੱਡੋ ਇਹਦੇ ਤੋਂ ਬਿਹਤਰ ਹੈ ਕਿ ਤੁਸੀਂ ਜਾਂ ਤਾਂ ਨਿਊਜ਼ੀਲੈਂਡ ਉਹ ਲਾ ਕੇ ਤੇ ਸਪਰੇਅ ਕਰੋ ਔਰ ਜਾਂ ਸਪਰੇਅ ਟੈਂਕ ਦੇ ਜ਼ਰੀਏ ਅਗਰ ਸਪਰੇਅ ਟੈਂਕ ਮਿਲ ਜਾਵੇ ਤੇ ਉਹਦੇ ਵਿੱਚ ਇੱਕ ਕਿੱਲੇ ਵਾਸਤੇ ਕਮ ਅਜ਼ਕਮ 200 ਲੀਟਰ ਪਾਣੀ ਜਿਹੜਾ ਹੈ ਨਾ ਉਹ ਇੱਕ ਕਿੱਲੇ ਵਾਸਤੇ ਧਰਕਾਰ ਹੈ ਔਰ ਇਹਦੇ ਵਿੱਚ ਬਿਹਤਰੀਨ ਰਿਜ਼ਲਟ ਆਏਗਾ ਦਵਾਈਆਂ ਦੇ لحاظ ਨਾਲ ਮੈਂ ਤੁਹਾਨੂੰ ਤਿੰਨ ਜਿਹੜੇ ਨੇ ਨਾ ਉਹ ਦਵਾਈ ਦੀ ਰეკਮੈਂਡੇਸ਼ਨ ਦਿਆਂ ਤਾਂ ਤਿੰਨ ਤਰ੍ਹਾਂ ਦੀ ਕਿਉਂਕਿ ਜਿਹੜਾ ਹੈਗਾ ਨਾ ਕਿਸੇ ਦੋਸਤ ਦਾ ਅਗਰ ਕਿਸੇ ਵੀ ਜਗ੍ਹਾ ਤੇ ਜਿਹੜਾ ਦਵਾਈ ਦਾ ਲੈਣ ਦੇਣ ਦਾ ਚੱਕਰ ਹੁੰਦਾ ਉਹਦੇ ਵਿੱਚ ਵੀ ਵਿਚਾਰਾ ਫਿਰ ਪਰੇਸ਼ਾਨ ਹੋ ਜਾਂਦਾ ਕਿ ਯਾਰ ਨਾ ਮੈਨੂੰ ਇਹ ਦਵਾਈ ਨਹੀਂ ਮਿਲ ਰਹੀ ਤੇ ਇਹ ਮਿਲ ਰਹੀ ਉਹ ਆਲਟਰਨੇਟ ਜਿਹੜਾ ਨਾ ਤਿੰਨ ਤਰ੍ਹਾਂ ਦਾ ਤੁਹਾਨੂੰ ਦੱਸਿਆ ਜਾਏਗਾ ਸਭ ਤੋਂ ਪਹਿਲੇ ਨੋਟ ਕਰ ਲਓ ਕਿ ਕਲੋਰ ਪੈਰੀਫਾਸ ਕਲੋਰ ਪੈਰੀਫਾਸ ਤੁਸੀਂ ਲੈਣੀ ਹੈ ਕਿ ਜਨਾਬ 500 ਐਮਐਲ ਪਲੱਸ ਲੈਂਡਾ ਸਾਈਹਲੋਥ੍ਰੀਨ 500 ਐਮਐਲ ਅਗਰ ਬੋਰਰ ਦਾ ਨਾਲ ਮਸਲਾ ਹੋਵੇ ਤੇ ਉਹਦੇ ਵਿੱਚ ਤੁਸੀਂ ਕਲੋਰੇਟਰਾ ਨੀਲੀ ਪੈਰੋਲ ਜਾਂ ਫੈਪਰੋਨਲ ਇਹ ਪਾ ਕੇ ਤੇ ਟੈਂਕ ਦੇ ਵਿੱਚ ਛੱਡ ਦੇਣਾ ਤੇ ਔਰ ਇੱਕ ਕਿੱਲੇ ਨੂੰ ਸਪਰੇਅ ਕਰਨਾ ਹੈ ਔਰ ਕਿੱਲੇ ਵਾਸੇ ਪਾਣੀ 200 ਲੀਟਰ ਰੱਖਣਾ ਅਗਰ ਇਹ ਤੁਹਾਨੂੰ ਪ੍ਰੋਡਕਟ ਅਵੇਲੇਬਲ ਮਾਰਕੀਟ ਵਿੱਚ ਨਹੀਂ ਮਿਲਦੇ ਫਿਰ ਦੂਸਰੇ ਨੰਬਰ ਤੇ ਆ ਜਾਓ ਕਿ ਤੁਸੀਂ ਲੈਂਡਾਸਾਈਲੋਥਰੀਨੀ ਪਲੱਸ ਪ੍ਰੋਫੀਨੋਫਾਸ 5 500 ਐਮਐਲ ਇੰਦੇ ਨਾਲ ਤੁਸੀਂ ਫੈਬਰੋਨੈਲ ਜਾਂ ਕਲੋਰੇਟਰਾ ਨੀਲੀਪੈਰੋਲ ਇਹ ਦੋ ਚੀਜ਼ਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਟੈਂਕ ਦੇ ਅੰਦਰ 200 ਲੀਟਰ ਪਾਣੀ ਦੇ ਵਿੱਚ ਇਸਤੇਮਾਲ ਕਰੋ ਜਾਂ ਟੈਂਕਿਆਂ ਨਾਲ ਕਰਨਾ ਤੇ 160 ਲੀਟਰ ਪਾਣੀ ਇਸਤੇਮਾਲ ਕਰੋ ਔਰ ਤੀਸਰੇ ਨੰਬਰ ਤੇ ਮਾਰਕੀਟ ਦੇ ਅੰਦਰ ਤੁਹਾਨੂੰ ਮਿਲੇਗਾ ਪੋਲੋਟ੍ਰਿਨ ਸੀ 500 ਐਮਐਲ ਪਲੱਸ ਕਰਾਟੇ 500 ਐਮਐਲ ਔਰ ਇਸੇ ਤਰ੍ਹਾਂ ਹੀ ਜਿਹੜਾ ਕਲੋਰੇਟਰਾ ਨੀਲੀਪੈਰੋਲ ਯਾਨੀ ਕਿ ਬਿਲਟਾਕੋ ਉਹ ਤੁਸੀਂ ਕਰਨਾ ਹੈ 40 ਗ੍ਰਾਮ 8 ਟੈਂਕੇ ਚ ਛੱਟ ਕੇ ਤੇ ਜਨਾਬ ਤੁਸੀਂ ਉਹਨੂੰ ਸਪਰੇਅ ਕਰ ਦੇਣਾ ਇਸ ਤੋਂ ਹਟ ਕੇ ਅਸੀਂ ਥੋੜਾ ਜਿਹਾ ਮਜ਼ੀਦ ਇੰਦੇ ਤੇ ਰਹਿਨਵਾਈ ਪਾਈਏ ਕਿ ਤੁਸੀਂ ਅਗਰ ਪਾਣੀ ਲਗਾਉਣਾ ਹੈ ਤੇ ਫਿਰ ਪਾਣੀ ਲਗਾਉਂਦੇ ਵਕਤ ਕੋਸ਼ਿਸ਼ ਕਰੋ ਕਿ 2 ਲੀਟਰ ਫੀ ਏਕੜ ਦੇ हिसाब ਨਾਲ ਕਲੋਰੋਪੈਰੀਫਾਸ ਜਾਂ ਬਿਟਾਕੋ 80 ਗ੍ਰਾਮ ਫੀ ਏਕੜ ਦੇ हिसाब ਨਾਲ ਤੁਸੀਂ ਜਿਹੜਾ ਹੈ ਨਾ ਉਹਨੂੰ ਫਲੱਡ ਕਰ ਦੇਣਾ ਉਸ ਦੇ ਨਾਲ ਬੜਾ ਹੀ ਜ਼ਬਰਦਸਤ ਕੰਟਰੋਲ ਮਿਲੇਗਾ ਬੋਰਰ ਦੇ ਉੱਤੇ ਔਰ ਜ਼ਿੰਕ لازمی ਇਸਤੇਮਾਲ ਕਰਨੀ ਹੈ ਕਿਉਂਕਿ ਜ਼ਿੰਕ ਜ਼ਿਆਦਾ ਸ਼ਗੂਫੇ ਬਣਾਉਂਦਾ ਹੈ ਜ਼ਿੰਕ ਦੇ ਸ਼ਗੂਫੇ ਦੇ ਨਾਲ-ਨਾਲ ਇੱਕ ਅਰਜ਼ ਮਜ਼ੀਦ ਕਰਾਂ ਕਿ ਜਿਹੜੇ ਸਪਰੇਅ ਅਸੀਂ ਰეკਮੈਂਡ ਕੀਤੇ ਨੇ ਇਹਦੇ ਵਿੱਚ ਵਤਰ ਹਲਤ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਵਤਰ ਹਲਤ ਜੇਕਰ ਅਸੀਂ ਸਪਰੇਅ ਕਰਾਂਗੇ ਤੇ ਰਿਜ਼ਲਟ ਜਿਹੜੇ ਨੇ ਉਹ ਤੁਹਾਨੂੰ 100 ਬਟਾ 100 ਮਿਲਣਗੇ ਅਗਰ ਵਤਰ ਨਾਰਮਲ ਹੋਇਆ ਤੇ ਰਿਜ਼ਲਟ ਉਹ ਪੂਰੇ ਨਹੀਂ ਮਿਲਣਗੇ ਇਸ ਵਾਸਤੇ ਵਤਰ ਦਾ ਖਾਸ ਖਿਆਲ ਰੱਖਣਾ ਹੈ ਵਾੜੀ ਲੰਗਾਉਣ ਦੇ ਵਕਤ ਜ਼ਿੰਕ ਦਾ ਇਸਤੇਮਾਲ ਥਾਇਵਟ ਜੈਟ ਦਾ ਇਸਤੇਮਾਲ ਔਰ ਇਨਰਿਚ ਦਾ ਇਸਤੇਮਾਲ ਇਹ ਤਿੰਨ ਐਸੀਆਂ ਚੀਜ਼ਾਂ ਨੇ ਕਿ ਜਿਹੜੀਆਂ ਕਿ ਸਾਡੇ ਫਸਲ ਨੂੰ ਅਗਰ ਮਿਲ ਜਾਵਣਾਂ ਤੇ ਉਹਦੇ ਚ ਸ਼ਗੂਫੀਆਂ ਤੇ ਰੇਸ਼ੇ ਜਿਹੜੀ ਉਹ ਜ਼ਿਆਦਾ ਹੋ ਜਾਏਗੀ ਔਰ ਜਿਹੜਾ ਉਹਦੇ ਨੂੰ ਜਨਾਬ ਆ ਜਾਂਦਾ ਜ਼ੰਗ ਲੂਧ ਜ਼ਰਦ ਜਿਹੜੇ ਹੋ ਜਾਂਦੇ ਨੇ ਪੱਤੇ ਜਾਂ ਅਸੀਂ ਉਹਨੂੰ ਕਹਿੰਨੇ ਆ ਕਿ ਇਹ ਨੂੰ ਜਨਾਬ ਰਿੰਗਰਾਡ ਦਾ ਜਾਂ ਮੋਢੀ ਨੂੰ ਗਲਾਉ ਦਾ ਮਸਲਾ ਬਣ ਜਾਂਦਾ ਇਹ ਇਹਦੇ ਤੋਂ ਇਨਸ਼ਾਅੱਲਾ ਬਿਹਤਰੀਨ ਕੰਟਰੋਲ ਹੋਵੇਗਾ ਪੱਤੇ ਜ਼ਿਆਦਾ ਸਰਸਬਦ ਸ਼ਦਾਬ ਔਰ ਹਰੇ ਭਰੇ ਜ਼ਿਆਦਾ ਨਜ਼ਰ ਆਉਣਗੇ ਠੀਕ ਹੈ ਤਮਾਮ ਦੋਸਤਾਂ ਦਾ ਬਹੁਤ ਸ਼ੁਕਰੀਆ ਜਿਹੜੇ ਸਾਡੇ ਵੀਡੀਓ ਦੇਖਦੇ ਨੇ ਔਰ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕੀਤਾ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੈਕਸਟ ਵੀਡੀਓ 'ਚ ਮਿਲਾਂਗੇ ਇਨਸ਼ਾਅੱਲਾ ਅਸਲਾਮੁਅਲੈਕੁਮ